ਓਨਟਾਰੀਓ ਦੇ ਲੰਡਨ ਵਿੱਚ ਜੋ ਐਤਵਾਰ ਰਾਤ ਨੂੰ ਭਿਆਨਕ ਘਟਨਾ ਵਾਪਰੀ ਉਸ ਦੇ ਬਾਰੇ ਪੁਲਿਸ ਨੇ ਜਾਣਕਾਰੀ ਦੇ ਦਿੱਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਸੋਮਵਾਰ ਦੇ ਦਿਨ 20 ਸਾਲਾਂ ਨੌਜਵਾਨ ਦੇ ਉੱਤੇ ਚਾਰ ਕਤਲ ਦੇ ਮਾਮਲੇ ਤੇ ਇੱਕ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ ਦਰਸਨ ਉਸਨੇ ਐਤਵਾਰ ਨੂੰ ਪਿਕਅਪ ਟਰੱਕ ਦੇ ਨਾਲ ਇੱਕ ਮੁਸਲਿਮ ਪਰਿਵਾਰ ਦੇ ਉੱਤੇ ਨਿਸ਼ਾਨਾ ਸਾਧ ਕੇ ਗੱਡੀ ਚੜਾ ਦਿੱਤੀ ਪਰਿਵਾਰ ਦੇ 5 ਮੈਂਬਰਾਂ ਦੇ ਵਿੱਚੋਂ ਸਿਰਫ ਇੱਕ ਹੀ ਬਚਿਆ ਇਸ ਦੌਰਾਨ 20 ਸਾਲਾ ਨੌਜਵਾਨ ਦੇ ਉੱਤੇ ਅੱਤਵਾਦ ਨਾਲ ਸੰਬੰਧਿਤ ਮਾਮਲੇ ਵੀ ਦਰਜ ਹੋ ਸਕਦੇ ਨੇ ਜਿਸ ਦੀ ਪਛਾਣ ਲੰਡਨ ਦੇ ਰਹਿਣ ਵਾਲੇ 20 ਸਾਲਾ ਨਥੈਨੀਅਲ ਵੈਲਟਮੈਨ ਦੇ ਵਜੋਂ ਹੋਈ ਹੈ ਜਿਸ ਨੂੰ ਕਿ ਸੋਮਵਾਰ ਦੀ ਦੁਪਹਿਰ ਨੂੰ ਅਦਾਲਤ ਵਿੱਚ ਪੇਸ਼ ਵੀ ਕੀਤਾ ਗਿਆ ਇਸ ਮੌਕੇ ਪੁਲਿਸ ਦਾ ਕਹਿਣਾ ਹੈ ਕਿ ਜੋ ਮੌਕੇ ਤੋਂ ਸਬੂਤ ਮਿਲੇ ਨੇ ਉਹਨਾਂ ਮੁਤਾਬਕ ਇਹ ਪਤਾ ਲੱਗਦਾ ਹੈ ਕਿ ਇਸ ਪੂਰੀ ਘਟਨਾ ਦੇ ਲਈ ਰਣਨੀਤੀ ਬਣਾਈ ਗਈ ਸੀ ਤੇ ਪਰਿਵਾਰ ਦੇ ਉੱਤੇ ਇਸ ਕਰਕੇ ਨਿਸ਼ਾਨਾ ਧਾਰਿਆ ਗਿਆ ਕਿਉਂਕਿ ਉਹ ਮੁਸਲਿਮ ਪਰਿਵਾਰਾਂ ਦੇ ਨਾਲ ਸੰਬੰਧਿਤ ਸਨ ਇਹ ਮਾਮਲਾ ਐਤਵਾਰ ਦੀ ਰਾਤ 8:40 ਮਿੰਟ ਦੇ ਉੱਤੇ ਹਾਈਡ پارک ਰੋਡ ਦੇ ਕੋਲ ਵਾਪਰਿਆ ਜਦੋਂ ਪਰਿਵਾਰ ਉੱਥੇ ਤੁਰ ਕੇ ਜਾ ਰਿਹਾ ਸੀ ਜਿਨ੍ਹਾਂ ਦੀ ਜਾਨ ਗਈ ਹੈ ਉਹਨਾਂ ਵਿੱਚ ਇੱਕ 74 ਸਾਲ ਦੀ ਔਰਤ ਇੱਕ 46 ਸਾਲ ਦਾ ਵਿਅਕਤੀ ਇੱਕ 44 ਸਾਲ ਦੀ ਔਰਤ ਇੱਕ 15 ਸਾਲ ਦੀ ਬੱਚੀ ਸ਼ਾਮਲ ਨਹੀਂ ਇਸ ਦੇ ਨਾਲ ਹੀ ਇੱਕ 9 ਸਾਲ ਦਾ ਲੜਕਾ ਹੈ ਜੋ ਕਿ ਹਸਪਤਾਲ ਦੇ ਵਿੱਚ ਭਰਤੀ ਹੈ ਜਿਸ ਦੇ ਕਿ ਗੰਭੀਰ ਸੱਟਾਂ ਆਈਆਂ ਨੇ ਲੰਡਨ ਤੋਂ ਮੁਸਲਮ ਪਈਚਾਰੇ ਦੇ ਵੱਲੋਂ ਵਕੀਲ ਨਵਰ ਤਾਹਿਰ ਨੇ ਕਿਹਾ ਕਿ ਉਹ 마ਸੂਮ ਪਰਿਵਾਰ ਸੀ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਕਿ ਸਿਰਫ ਉਹ ਮੁਸਲਮ ਸਨ ਇਸ ਕਰਕੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਇਸ ਮੌਕੇ ਪੁਲਿਸ ਨੇ ਵੀ ਜਾਣਕਾਰੀ ਦਿੱਤੀ ਹੈ ਕਿ 20 ਸਾਲਾ ਨੌਜਵਾਨ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦਾ ਪਹਿਲਾਂ ਕੋਈ ਵੀ ਕ੍ਰਿਮੀਨਲ ਰਿਕਾਰਡ ਨਹੀਂ ਹੈ